ਅੱਜ ਕੱਲ ਸਕੂਲਾਂ ਕਾਲਜਾਂ ਤੇ ਬਾਜ਼ਾਰਾਂ ਵਿੱਚ ਤੁਹਾਨੂੰ ਅਕਸਰ 15 ਤੋਂ 16 ਸਾਲ ਦੇ ਬੱਚੇ ਸਕੂਟੀ ਅਤੇ ਬਾਈਕ ਇੰਨੀ ਤੇਜ਼ੀ ਨਾਲ ਚਲਾਉਂਦੇ ਮਿਲ ਜਾਣਗੇ ਕਿ ਇਹਨਾਂ ਨੂੰ ਵੇਖ ਕੇ ਹਰ ਕੋਈ ਡਰ ਜਾਏ। ਇਹਨਾਂ ਬੱਚਿਆਂ ਨੂੰ ਟ੍ਰੈਫਿਕ ਦੇ ਰੂਲ ਦੀ ਕੋਈ ਜਾਣਕਾਰੀ ਨਹੀਂ ਹੈ, ਜਿਸ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਨੇ। ਪਰ ਨਾ ਤਾਂ ਬੱਚਿਆਂ ਦੇ ਮਾਪਿਓ ਇਸ ਵੱਲ ਧਿਆਨ ਦੇ ਰਹੇ ਨੇ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ। ਆਓ ਵੇਖਦੇ ਹਾਂ ਇੱਕ ਖਾਸ ਰਿਪੋਰਟ। ਅਕਸਰ ਹੀ ਤੁਸੀਂ ਬਾਜ਼ਾਰਾਂ ਵਿੱਚ ਜਾਂ ਸਕੂਲਾਂ ਜਾਂ ਕਾਲਜਾਂ ਦੇ ਬਾਹਰ ਛੋਟੇ ਬੱਚਿਆਂ ਨੂੰ ਸਕੂਟੀ ਜਾਂ ਬਾਈਕ ਚਲਾਉਂਦੇ ਦੇਖਦੇ ਹੋ ਤਾਂ ਇਹਨਾਂ ਬੱਚਿਆਂ ਦੀ ਸਪੀਡ ਵੇਖ ਕੇ ਇੱਕ ਵਾਰ ਤਾਂ ਮਨ ਜ਼ਰੂਰ ਡਰ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਮੋਗਾ ਦੇ ਕੁਝ ਭੀੜ ਭਾੜ ਵਾਲੇ ਬਾਜ਼ਾਰਾਂ ਦਾ ਨਜ਼ਾਰਾ ਵਿਖਾ ਰਹੇ ਹਾਂ, ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ 15 ਤੋਂ 16 ਸਾਲ ਦੇ ਬੱਚੇ ਸਕੂਟੀ ਅਤੇ ਬਾਈਕ ਨੂੰ ਬਿਨਾਂ ਕਿਸੇ ਡਰ ਦੇ ਚਲਾ ਰਹੇ ਨੇ, ਜਦੋਂ ਕਿ ਬੱਚਿਆਂ ਨੂੰ ਸਿਰਫ 50 CC ਤੱਕ ਦੇ ਦੋ ਪਹੀਆ ਵਾਹਨ ਚਲਾਉਣ ਦਾ ਅਧਿਕਾਰ ਹੈ ਤੇ ਇਸ ਤੋਂ ਉੱਪਰ ਦਾ ਕੋਈ ਵੀ ਵਾਹਨ 21 ਸਾਲ ਦੀ ਉਮਰ ਤੱਕ ਨਹੀਂ ਚਲਾ ਸਕਦਾ। ਪਰ ਬੱਚੇ ਇਸ ਬਾਰੇ ਕੁਝ ਵੀ ਨਹੀਂ ਜਾਣਦੇ ਤੇ ਉਹਨਾਂ ਨੂੰ ਟ੍ਰੈਫਿਕ ਦੇ ਰੂਲ ਦੀ ਜਾਣਕਾਰੀ ਨਾ ਹੋਣ ਕਾਰਨ ਵੱਡੇ ਹਾਦਸੇ ਵੀ ਵਾਪਰੇ ਨੇ ਅਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਤੇ ਜਦੋਂ ਅਸੀਂ ਇਹਨਾਂ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀ ਨੇ ਅਤੇ ਉਹਨਾਂ ਦੀ ਉਮਰ ਮਹਿਜ਼ 15 ਤੋਂ 16 ਸਾਲ ਦੇ ਦਰਮਿਆਨ ਹੈ ਤੇ ਕਿਸੇ ਦੇ ਕੋਲ ਵੀ ਸਕੂਟੀ ਜਾਂ ਬਾਈਕ ਚਲਾਉਣ ਦਾ ਲਾਇਸੈਂਸ ਨਹੀਂ ਹੈ ਤੇ ਉਹਨਾਂ ਨੂੰ ਸਿਰਫ ਇੰਨਾ ਹੀ ਪਤਾ ਹੈ ਕਿ ਬਿਨਾ ਗੇਅਰ ਦੇ ਵਾਹਨ ਹੈ। ਕਿੰਨੀ ਕਲਾਸ ਵਿੱਚ ਪੜ੍ਹਦੇ ਹੋ? 10। ਕਿੰਨੀ ਉਮਰ ਕਿਤੇ ਤੁਹਾਡੀ? 16। ਤੇ ਤੁਹਾਰੇ ਪਾਸ ਤਕਰੀਬਨ ਜਿਹੜੇ ਗੱਲ ਕਲਾਸ ਹੈ ਕਿਹੜੀ ਕਲਾਸ ਪੜ੍ਹਦਾ ਹੈ? ਪਲੱਸ 1 ਲਾਉਂਦਾ। ਕਿੰਨੀ ਏਜ ਹੈ ਤੇਰੀ? 50। ਉਹ ਕੋ ਬਾਈਕ ਚਲਾਉਣ ਦਾ ਲਾਇਸੈਂਸ ਹੈ? ਉਦੋਂ ਜਦੋਂ ਇਸ ਬਾਰੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ DTO ਸਾਹਿਬ ਜੋਹਲ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ 16 ਸਾਲ ਤੱਕ ਦੀ ਉਮਰ ਦੇ ਬੱਚੇ ਸਿਰਫ 50 CC ਤੱਕ ਦਾ ਵਾਹਨ ਚਲਾ ਸਕਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਿਨਾਂ ਗੇਅਰ ਵਾਲੇ ਦੋ ਪਹੀਆ ਵਾਹਨ ਚਲਾਉਣ ਲਈ ਲਾਇਸੈਂਸ ਲੈਣਾ ਜ਼ਰੂਰੀ ਹੈ ਤੇ ਜੇਕਰ ਕੋਈ ਵੀ ਬਿਨਾਂ ਲਾਇਸੈਂਸ ਦੇ ਦੋ ਪਹੀਆ ਵਾਹਨ ਚਲਾਉਣ ਦਾ ਫੜਿਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਉਹਨਾਂ ਦੇ ਕੋਲ ਨਵੇਂ ਟਰਾਂਸਪੋਰਟ ਐਕਟ ਦੀ ਕੋਈ ਜਾਣਕਾਰੀ ਲਿਖਤੀ ਰੂਪ ਵਿੱਚ ਨਹੀਂ ਆਈ ਤਾਂ ਉਸ ਤੋਂ ਬਾਅਦ ਜੇਕਰ ਸਰਕਾਰ ਦੇ ਆਦੇਸ਼ ਆਉਣਗੇ ਤਾਂ ਉਸ ਨੂੰ ਲਾਗੂ ਕੀਤਾ ਜਾਏਗਾ। 50 CC ਤੋਂ ਅਬਵ ਚਲਾਉਣ ਲਈ 18 ਸਾਲ ਦੀ ਉਮਰ ਹੋਣੀ ਚਾਹੀਦੀ ਔਰ ਵੈਲਿਡ ਲਾਇਸੈਂਸ ਜਿਹੜਾ ਉਹ ਹੋਣਾ ਚਾਹੀਦਾ। ਜੇ 16 ਸਾਲ ਦੇ ਉੱਪਰ ਉਮਰ ਦਿਆਂ ਨੇ ਚਲਾਉਣਾ 50 CC ਉਹਦੇ ਵਾਸਤੇ ਵੀ ਉਹਨਾਂ ਨੂੰ ਇੱਕ ਲਾਇਸੈਂਸ ਇਸ਼ੂ ਕੀਤਾ ਜਾਂਦਾ। ਟਾਈਮ ਟੂ ਟਾਈਮ ਟ੍ਰੈਫਿਕ ਪੁਲਿਸ ਔਰ ਅਸੀਂ ਜਦੋਂ ਸਾਡੀ ਕੋਈ ਇਸ ਤਰ੍ਹਾਂ ਸਾਹਮਣੇ ਆਉਂਦਾ ਜਾਂ ਅਸੀਂ ਉਹਦਾ ਚਲਾਨ ਕਰਦੇ ਹਾਂ। ਫਿਲਹਾਲ ਇਹ ਖਬਰ ਨਸ਼ਰ ਹੋਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਹਨਾਂ 15 ਤੋਂ 16 ਸਾਲ ਦੇ ਬੱਚਿਆਂ ਦੇ ਹੱਥਾਂ ਵਿੱਚ ਤੇਜ਼ ਰਫ਼ਤਾਰ ਦੇ ਕੇ ਕੀ ਅਸੀਂ ਖੁਦ ਹੀ ਹਾਦਸਿਆਂ ਨੂੰ ਸਜ਼ਾ ਦੇ ਰਹੇ ਹਾਂ ਜਾਂ ਫਿਰ ਇਸ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ। ਮੋਗਾ ਤੋਂ ਸਰਬਜੀਤ ਰੌਲੀ ਦੀ ਰਿਪੋਰਟ, ਚੜ੍ਹਦੀ ਕਲਾ ਟਾਈਮ।